ਡਿਮੋਰਲਾਈਜ਼ ਨਹੀਂ ਹੋਣਾ। ਇਸ ਤਰ੍ਹਾਂ ਥੋੜ੍ਹੀ ਹੁੰਦੀ ਹੈ ਗੱਲ। ਇੱਕ ਐੱਮ ਐੱਲ ਏ ਇੱਕ ਮਹਿਲਾ ਐੱਸ ਐੱਚ ਓ ਨੂੰ ਇਹ ਕਹਿ ਰਿਹਾ, ਚੱਲ ਮਹਿਲਾ ਐੱਸ ਐੱਚ ਓ ਨਾ ਵੀ ਹੁੰਦੀ ਤਾਂ ਵੀ ਇੱਕ ਐੱਸ ਐੱਚ ਓ ਨੂੰ ਤੁਸੀਂ ਫੋਨ ਕਰ ਰਹੇ ਹੋ ਅਤੇ ਫਿਰ ਤੂੰ ਜੁੱਲੀ ਬਿਸਤਰਾ ਬੰਨ ਲੈ ਬਈ ਓਏ, ਤੇਰੀ ਤਿਆਰੀ ਹੈ, ਇਹ ਲੈਂਗੁਏਜ ਹੈ। ਅਤੇ ਸਾਡੇ ਬੰਦੇ ਸੀ ਬਿਨਾਂ ਕਾਗਜ਼ਾਂ ਤੋਂ ਜਾਣ ਦੇਣ ਦੇ। ਅੱਛਾ, ਇਹਦਾ ਮਤਲਬ ਕਾਂਗਰਸ ਦੇ ਬੰਦੇ ਹੁਣ ਬਿਨਾਂ ਕਾਗਜ਼ਾਂ ਤੋਂ ਫਿਰਨਗੇ? ਇਹਦਾ ਮਤਲਬ ਜਿਹਦੀ ਸਰਕਾਰ ਬਣ ਗਈ ਉਹ ਬਿਨਾਂ ਕਾਗਜ਼ਾਂ ਤੋਂ? ਕਾਨੂੰਨ ਤਾਂ ਕਾਨੂੰਨ ਹੈ ਨਾ, ਇੱਥੋਂ ਪਤਾ ਲੱਗ ਗਿਆ। ਪਹਿਲਾਂ ਇਹੀ ਇਹੀ ਕਾਂਗਰਸੀ ਕਹਿੰਦੇ ਹੁੰਦੇ, ਦੇਖੋ ਜੀ ਅਕਾਲੀ ਸਾਡੇ ਨਾਲ ਐਂ ਕਰਦੇ ਨੇ, ਹੁਣ ਹੁਣ ਇਹ ਕਰੀ ਜਾਂਦੇ ਨੇ। ਇੱਕ ਸਰ ਬੈਂਸ ਨੇ ਇਲਜ਼ਾਮ ਲਾਇਆ, ਐਮ ਐਲ ਏ ਨੇ ਉਹ ਲੰਬੀ ਤੋਂ, ਮੁੱਖ ਮੰਤਰੀ ਥੋੜ੍ਹੀ ਨੇ, ਸਾਬਕਾ ਮੁੱਖ ਮੰਤਰੀ ਨੂੰ, ਸਾਬਕਾ ਨੇ ਨਾ, ਫਿਰ ਮੁੱਖ ਮੰਤਰੀ ਥੋੜ੍ਹੀ ਨੇ ਉਹ, ਉਹਨਾਂ ਨੂੰ ਜਾਣਾ ਪਊਗਾ। ਕਾਨੂੰਨ ਸੰਤਰੀ ਵਾਸਤੇ ਅਤੇ ਮੰਤਰੀ ਵਾਸਤੇ ਇੱਕੋ ਹੀ ਹੈ। ਰਣਜੀਤ ਸਿੰਘ ਦੇ ਪੇਸ਼ ਨਹੀਂ ਹੋਏ ਹੈਗੇ, ਪਹਿਲਾਂ ਰਣਜੀਤ ਸਿੰਘ ਦੇ ਪੇਸ਼ ਨਹੀਂ ਹੋਏ ਹੈਗੇ, ਜਸਟਿਸ ਅਤੇ ਹੁਣ ਐਸ ਆਈ ਟੀ ਦੇ ਮੂਹਰੇ ਪੇਸ਼ ਹੋਣ ਜਾ ਰਹੇ ਨੇ। ਕਾਨੂੰਨ ਕਾਨੂੰਨ ਹੈ ਜੀ, ਭਾਵੇਂ ਜੋ ਮਰਜ਼ੀ ਹੋ ਜੇ, ਉਹਨਾਂ ਨੂੰ ਕਾਨੂੰਨ ਕਰਨਾ, ਕਾਨੂੰਨ ਦਾ ਸਾਹਮਣਾ ਕਰਨਾ ਪਊਗਾ। ਬੇਅਦਬੀ ਦੀਆਂ ਰਿਪੋਰਟਾਂ ਦੇ ਵਿੱਚ ਜਸਟਿਸ ਰਣਜੀਤ ਸਿੰਘ ਨੇ ਉਹਨਾਂ ਦਾ ਨਾਮ ਲਿਆ, ਸੁਮੇਧ ਸੈਣੀ ਦਾ, ਹੋਮ ਮਿਨਿਸਟਰ ਉਸ ਵੇਲੇ ਸੀਗੇ ਆਪਣਾ ਸੁਖਬੀਰ ਬਾਦਲ, ਅਤੇ ਉਹ ਇਹ ਸਟੇਟ ਦੇ ਹੈੱਡ ਸੀਗੇ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਨਹੀਂ ਪੇਸ਼ ਹੁੰਦਾ ਕਿਉਂਕਿ ਮੈਂ ਮੁੱਖ ਮੰਤਰੀ ਰਿਹਾ, ਮੁੱਖ ਮੰਤਰੀ ਰਿਹਾ, ਮੁੱਖ ਮੰਤਰੀ ਹੈ ਨਹੀਂ ਉਹ, ਉਹਨਾਂ ਨੂੰ ਥੋੜ੍ਹਾ ਜਿਹਾ ਧਰਤੀ 'ਤੇ ਆਉਣਾ ਪਊਗਾ ਬਾਦਲ ਸਾਹਿਬ ਨੂੰ। ਇਹ ਤਾਂ ਸਭ ਤੋਂ ਸੌਖਾ ਸਵਾਲ ਹੁੰਦਾ, ਰਾਜਨੀਤੀ ਤੋਂ ਪ੍ਰੇਰਿਤ ਕੀ? ਰਾਜਨੀਤੀ ਪ੍ਰੇਰਿਤ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਉਹਦੇ ਉਹਨਾਂ ਦੇ ਅੰਗ, ਗੁਰੂ ਗ੍ਰੰਥ ਸਾਹਿਬ ਦੇ ਅੰਗ ਜਦੋਂ ਰੂੜੀਆਂ 'ਤੇ ਰੁਲ ਰਹੇ ਸੀ, ਉਦੋਂ ਕੌਣ ਸੀ ਰਾਜਨੀਤੀ 'ਚ? ਉਦੋਂ ਇਹ ਆਪ ਹੀ ਸੀ ਇਹ। ਹੁਣ ਸਾਹਮਣਾ ਕਰੋ ਕਾਨੂੰਨ ਦਾ, ਫਿਰ ਕਾਨੂੰਨ ਦੇ ਸਾਹਮਣੇ ਪੇਸ਼ ਹੋਣ ਤੋਂ ਕਹਿੰਦਾ ਮੈਨੂੰ ਆਹ ਨਹੀਂ ਬੁਲਾ ਸਕਦਾ, ਮੈਨੂੰ ਆਹ ਬੁਲਾ ਸਕਦਾ। ਸਵਰਾਜ ਦੇ ਅਧੀਨ ਇੱਕੋ ਹੀ ਕਾਨੂੰਨ ਹੈ, ਮੰਤਰੀ ਅਤੇ ਸੰਤਰੀ ਦੋਨਾਂ ਵਾਸਤੇ ਇੱਕੋ, ਭਾਵੇਂ ਪ੍ਰਧਾਨ ਮੰਤਰੀ ਹੈ ਕੋਈ, ਕਾਨੂੰਨ ਦਾ ਸਾਹਮਣਾ ਤਾਂ ਕਾਨੂੰਨ ਕਿਸੇ ਅਹੁਦੇ ਮੁਤਾਬਕ ਥੋੜ੍ਹੀ ਹੁੰਦਾ। ਕਾਨੂੰਨ ਭਾਰਤ ਦਾ ਕਾਨੂੰਨ ਹੈ, ਡਾਕਟਰ ਅੰਬੇਦਕਰ ਦਾ ਬਣਾਇਆ ਹੋਇਆ, ਸੰਵਿਧਾਨ ਮੁਤਾਬਕ ਉਹਨਾਂ ਨੂੰ ਜਾਣਾ ਚਾਹੀਦਾ। ਸੇਵਾ ਸਿੰਘ ਸੇਖਵਾ ਕਹਿੰਦੇ ਨੇ ਇੱਥੇ, ਬੈਂਸ ਬਰਾਦਰ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿੱਥੇ ਹੋ ਗਈ ਗੰਢ ਧੁੱਪ? ਕੋਈ ਗੰਢ ਧੁੱਪ ਨਹੀਂ, ਐਵੇਂ ਗੱਲਾਂ ਬਣਾਉਂਦੇ ਨੇ। ਉਹਨਾਂ ਨੂੰ ਖਬਰਾਂ ਚਾਹੀਦੀਆਂ ਹੁੰਦੀਆਂ, ਜਿੱਦਾਂ ਕੋਈ ਖਬਰ ਨਾ ਹੋਵੇ ਉਹ ਤਾਂ ਇਹੋ ਜਿਹਾ ਕੁਛ ਕਹਿ ਦਿੰਦੇ ਨੇ। ਅਸੀਂ ਤਾਂ ਇੰਡੋ ਕੈਨੇਡੀਅਨ ਰੋਕਣ ਨੂੰ ਫਿਰਦੇ ਹਾਂ ਦਿੱਲੀ 'ਚ। ਸਰ ਉਹ ਵੀ ਬੈਂਸ ਨੇ ਇਸ਼ੂ ਚੱਕਿਆ ਗਿਆ ਵੀ ਹਾਂ, ਇੰਡੋ ਕੈਨੇਡੀਅਨ ਕਿੰਨੇ ਟੈਕਸ ਦਿੰਦੀ ਹੈ, ਅਸੀਂ ਰੋਕਾਂਗੇ ਉਹਨੂੰ। ਆਉਣ ਵਾਲੇ ਦਿਨਾਂ 'ਚ ਤੁਹਾਡੀ ਇਹ ਇੱਛਾ ਪੂਰੀ ਕਰ ਦਿੱਤੀ ਜਾਊਗੀ, ਇੰਡੋ ਕੈਨੇਡੀਅਨ ਦਾ ਸਾਰਾ ਟੈਕਸ ਚੇਂਜ ਜਿਹੜਾ ਚੈੱਕ ਹੋਊਗਾ ਇੰਡੋ ਕੈਨੇਡੀਅਨ ਬੱਸ ਜਿਹੜੀ, ਕਿਉਂਕਿ ਉਹਦੀ ਬੁਕਿੰਗ ਹੋ ਜਾਂਦੀ ਹੈ ਬਾਹਰੋਂ ਦਿੱਲੀ, ਜਿੰਨਾ ਦਿੱਲੀ ਦਾ ਏਰੀਆ ਯੂਜ਼ ਕਰਦੇ ਨੇ ਉਹਦਾ ਟੈਕਸ ਕਿੱਥੇ ਦਿੰਦੇ ਨੇ ਉਹ? ਏਅਰਪੋਰਟ 'ਚ ਜਾ ਰਹੀਆਂ ਨੇ ਸਰਕਾਰ ਦੀ ਵਾਲੀਆਂ ਬੱਸਾਂ ਰੋਕਦੀਆਂ ਪੋਲਿਊਸ਼ਨ ਕਰਕੇ, ਉਹ ਕਿਉਂ ਨਹੀਂ ਰੋਕੀਆਂ ਜੀ ਦਿੱਲੀ ਸਰਕਾਰ ਨੇ? ਬਸ ਬਸ ਵੇਟ ਕਰੋ, ਕੱਲ੍ਹ ਪਰਸੋਂ ਨੂੰ ਖਬਰ ਆ ਜੂਗੀ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੀ। ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ। ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 97 817 71 820।